ਯੂਨੀਵਰਸਿਟੀ ਆਫ ਕੈਲਗਰੀ ਦੇ ਵਿਦਿਆਰਥੀਆਂ ਵੱਲੋਂ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਨਾਗਰਿਕਤਾ ਰਜਿਸਟਰੀ ਤੇ ਨਾਗਰਿਕਤਾ ਸੋਧ ਬਿੱਲ ਖਿਲਾਫ ਸਫਲ ਪ੍ਰਦਰਸ਼ਨ। ਪਿਛਲੇ ਦਿਨੀ ਭਾਰਤ ਦੀ ਮੋਦੀ ਸਰਕਾਰ ਵੱਲੋਂ ਦੋ ਵਿਵਾਦਪੂਰਨ ਕਾਨੂੰਨ ਨਾਗਰਿਕਤਾ ਸੋਧ ਐਕਟ ਅਤੇ ਨੈਸ਼ਨਲ ਰਜਿਸਟਰੇਸ਼ਨ ਆਫ ਸਿਟੀਜ਼ਨ ਪਾਸ ਕੀਤੇ ਗਏ ਸਨ, ਜਿਸ ਤੋਂ ਬਾਅਦ ਭਾਰਤ ਦੇ ਸਾਰੇ ਸੂਬਿਆਂ ਵਿੱਚ ਵੱਡੀ ਪੱਧਰ ਤੇ ਪ੍ਰਦਰਸ਼ਨ ਹੋ ਰਹੇ ਹਨ, ਜਿਨ੍ਹਾਂ ਵਿੱਚ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀ ਵੱਡੀ ਗਿਣਤੀ ਹੈ ਜੋ ਕਿ ਇਹਨਾਂ ਮੁਜ਼ਾਹਰਿਆਂ ਵਿੱਚ ਸ਼ਾਮਲ ਹੋ ਰਹੇ ਹਨ। ਬਹੁਤ ਥਾਵਾਂ ਤੇ ਇਹ ਪ੍ਰਦਰਸ਼ਨ ਹਿੰਸਕ ਵੀ ਹੋਏ, ਜਿਸ ਵਿੱਚ ਹੁਣ ਤੱਕ 15 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਹੁਣ ਇਹ ਪ੍ਰਦਰਸ਼ਨ ਭਾਰਤ ਤੋਂ ਬਾਹਰ ਰਹਿੰਦੇ ਭਾਰਤੀਆਂ ਨੇ ਵੀ ਆਪਣੇ ਆਪਣੇ ਸ਼ਹਿਰਾਂ ਵਿੱਚ ਸ਼ੁਰੂ ਕਰ ਦਿੱਤੇ ਹਨ। ਇਸ ਲੜੀ ਦੇ ਵਿੱਚ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਜਿੱਥੇ ਵੀ ਭਾਰਤੀ ਵਸਦੇ ਹਨ ਉਹਨਾਂ ਵੱਲੋਂ ਵੀ ਮੁਜ਼ਾਹਰੇ ਕੀਤੇ ਜਾ ਰਹੇ ਹਨ। ਅੱਜ ਕੈਲਗਰੀ ਦੇ ਸਿਟੀ ਹਾਲ ਦੇ ਸਾਹਮਣੇ ਯੂਨੀਵਰਸਿਟੀ ਆਫ ਕੈਲਗਰੀ ਦੇ ਵਿਦਿਆਰਥੀਆਂ ਵੱਲੋਂ ਇੱਕ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ। ਪ੍ਰਦਰਸ਼ਨ ਕਾਫੀ ਸਫਲ ਰਿਹਾ, ਬੇਸ਼ੱਕ ਕਾਫੀ ਠੰਡ ਸੀ, ਪਰ ਫਿਰ ਵੀ ਸੈਂਕੜੇ ਲੋਕ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ। ਇਸ ਦੇ ਵਿੱਚ ਭਾਰਤ ਸਰਕਾਰ ਤੋਂ ਦੋਨੋਂ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਗਈ। ਬੁਲਾਰਿਆਂ ਅਨੁਸਾਰ ਇਹ ਦੋਨੋਂ ਕਾਨੂੰਨ ਭਾਰਤ ਦੀ ਸੈਕੂਲਰ ਭਾਵਨਾ ਦੇ ਉਲਟ ਹੀ ਨਹੀਂ, ਸਗੋਂ ਇਸ ਨਾਲ ਕਈ ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਨਾਲ ਵਿਤਕਰਾ ਕੀਤਾ ਜਾ ਸਕਦਾ ਹੈ। ਇਸ ਲਈ ਇਹ ਕਾਨੂੰਨ ਜਲਦੀ ਤੋਂ ਜਲਦੀ ਵਾਪਸ ਲਏ ਜਾਣੇ ਚਾਹੀਦੇ ਹਨ, ਪੂਰੀ ਤਰ੍ਹਾਂ ਰੱਦ ਕੀਤੇ ਜਾਣੇ ਚਾਹੀਦੇ ਹਨ। ਇਹ ਦੋਨੋਂ ਕਾਨੂੰਨ ਭਾਰਤ ਦੀ ਮੂਲ ਭਾਵਨਾ ਦੇ ਵੀ ਖਿਲਾਫ ਹੈ, ਜੋ ਕਿ ਸੈਕੂਲਰ ਹੈ ਤੇ ਡੈਮੋਕਰੇਟਿਕ ਹੈ। ਇਸ ਮੁਜ਼ਾਹਰੇ ਦੇ ਵਿੱਚ ਹੋਰ ਵੀ ਭਾਈਚਾਰਿਆਂ ਦੇ, ਭਾਰਤੀ ਭਾਈਚਾਰੇ ਤੋਂ ਇਲਾਵਾ ਪਾਕਿਸਤਾਨ ਤੇ ਹੋਰ ਕੁਝ ਦੇਸ਼ਾਂ ਦੇ ਲੋਕ ਵੀ ਪਹੁੰਚੇ, ਜਿਨ੍ਹਾਂ ਨੇ ਇਸ ਮੁਜ਼ਾਹਰੇ ਦੇ ਵਿੱਚ ਸ਼ਾਮਲ ਹੋ ਕੇ ਇਹਨਾਂ ਕਾਨੂੰਨਾਂ ਦੀ ਵਿਰੋਧਤਾ ਕੀਤੀ ਤੇ ਇਸ ਮੌਕੇ ਤੇ ਪੰਜਾਬੀ ਭਾਈਚਾਰੇ ਵੱਲੋਂ ਦੋ ਸੰਸਥਾਵਾਂ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਵੱਲੋਂ ਵੀ ਨੁਮਾਇੰਦੇ ਪਹੁੰਚੇ, ਜਿਨ੍ਹਾਂ ਨੇ ਇਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਤੇ ਸਾਰੇ ਪ੍ਰਦਰਸ਼ਨਕਾਰੀਆਂ ਤੇ ਬੁਲਾਰਿਆਂ ਦਾ ਇਹੀ ਕਹਿਣਾ ਸੀ ਕਿ ਇਹ ਦੋਨੋਂ ਕਾਲੇ ਕਾਨੂੰਨ ਵਾਪਸ ਲਏ ਜਾਣੇ ਚਾਹੀਦੇ ਹਨ ਤੇ ਦੋਨੋਂ ਹੀ ਭਾਰਤ ਦੀ ਜੋ ਲੋਕਤੰਤਰੀ ਢਾਂਚਾ ਹੈ ਜਾਂ ਸੈਕੂਲਰ ਢਾਂਚਾ ਉਸ ਦੀ ਇਹ ਉਲੰਘਣਾ ਹੈ, ਇਸ ਲਈ ਇਸ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ। ਥੈਂਕ ਯੂ ਫੋਰ ਕਮਿੰਗ ਐਵਰੀਵਨ। ਜੈਸੇ ਇਫ ਯੂ ਕੈਨ ਸੀ ਵੀ ਹੈਵ ਸੋ ਮਨੀ ਪੀਪਲ ਗੈਦਰਡ, ਇਟਸ ਜਸਟ ਪਿਕਿੰਗ ਅਪ, ਵਿਲ ਬੀ ਐਕਸਪੈਕਟਿੰਗ ਮੋਰ ਪੀਪਲ, ਓਵਰ 100 ਪੀਪਲ, 150 ਪੀਪਲ ਕਮਿੰਗ ਹੇਅਰ ਫੋਰ ਦਿਸ ਕੌਜ਼, ਐਂਡ ਵੀ ਆਲ ਆਰ ਪ੍ਰੋਟੈਸਟਿੰਗ ਅਗੇਂਸਟ CAA, ਦੈਟਸ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਐਂਡ NRC, ਦੈਟਸ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ। ਵੀ ਥਿੰਕ ਦੈਟ ਬੋਥ ਆਫ ਦੀਸ ਲਾਸ ਦੈਟ ਗਵਰਨਮੈਂਟ ਇਜ਼ ਬ੍ਰਿੰਗਿੰਗ ਆਰ ਅਗੇਂਸਟ ਦ ਕੰਸਟੀਟਿਊਸ਼ਨ ਆਫ ਇੰਡੀਆ, ਬਿਕੋਜ਼ ਦੇ ਥ੍ਰੈਟਨ ਦ ਬੇਸਿਕਸ ਫੈਬਰਿਕ ਆਫ ਇੰਡੀਆ and Indian society. So here you can see people from all different faiths, all different communities coming together to protest this law. We people in Calgary, we are in solidarity with the students in India who have been brutally oppressed by the current government. We feel that students and all the citizens in India should have the right to protest, but the violence that's been happening in India, we condemn that violence, either from the students or from citizens or from the police forces. Please join us for this cause. If you are in Calgary, show your support, show your solidarity. Thank you. Here Calgary has gathered here to protest against what's happening in India, the unconstitutional laws that have been passed by the Indian government. We are here to stand against fascism and unconstitutionality in India, and we want to show the world that we won't stand for it. Thank you. Mera naam John Manzo hai. That means my name is John Manzo. I'm a professor at the University of Calgary, a colleague of Dr. Banerjee's, who's one of the organizers of this protest, and I'm here to support the protesters and their resolve against the racist policies of the Modi government with respect to immigration. Thank you. Subscribe and click the bell icon for the latest updates and notifications.